ਬਿਲਾਸਪੁਰ ਦੇ ਕਾਦੀਆਂ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਦਰਅਸਲ ਇੱਕ ਨੌਜਵਾਨ ਦੇ ਨਾਲ ਇੱਕ ਮਹਿਲਾ ਨੇ ਸੰਬੰਧ ਬਣਾ ਲਏ। ਦੱਸਿਆ ਜਾ ਰਿਹਾ ਕਿ ਉਹ ਨੌਜਵਾਨ ਉਸਦੇ ਘਰ ਕੰਮ ਕਰਨ ਜਾਂਦਾ ਸੀ। ਉਹ ਮਹਿਲਾ ਉਧੇੜ ਉਮਰ ਦੀ ਸੀ, ਉਸਦਾ ਪੁੱਤ ਵੀ ਜਵਾਨ ਸੀ, ਬਸ ਫਿਰ ਵੀ ਉਸਨੇ ਉਸ ਸ਼ਖਸ ਦੇ ਨਾਲ ਸੰਬੰਧ ਬਣਾ ਲਏ। ਬਸ ਇਸ ਦੇ ਚੱਲਦਿਆਂ ਹੀ ਜਦੋਂ ਉਹ ਉਸਦਾ ਕਹਿਣਾ ਮੰਨਣ ਤੋਂ ਇਨਕਾਰ ਕਰਨ ਲੱਗ ਪਿਆ ਤਾਂ ਇਲਜ਼ਾਮਾਂ ਦੇ ਮੁਤਾਬਕ ਉਸਦਾ ਕਤਲ ਕਰਕੇ ਮਹਿਲਾ ਨੇ ਅਤੇ ਉਸਦੇ ਪੁੱਤ ਨੇ ਉਸ ਨੂੰ ਨਹਿਰ 'ਚ ਸੁੱਟ ਦਿੱਤਾ। 7 ਦਿਨਾਂ ਤੋਂ ਉਹ ਸ਼ਖਸ ਲਾਪਤਾ ਸੀ। ਆਖਿਰਕਾਰ ਪੜਤਾਲ ਸ਼ੁਰੂ ਹੋਈ ਅਤੇ ਜੰਡਿਆਲਾ ਗੁਰੂ ਤੋਂ ਉਸਦੀ ਲਾਸ਼ ਬਰਾਮਦ ਹੋਈ, ਜਿਸ ਤੋਂ ਬਾਅਦ ਖੁਲਾਸਾ ਹੋ ਗਿਆ ਕਿ ਇਸੇ ਚੱਕਰ 'ਚ ਉਸਦਾ ਕਤਲ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਮਾਂ ਪੁੱਤ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਆਪ ਹੀ ਦੇਖ ਲਵੋ ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੇ ਰਿਪੋਰਟ। ਮੇਰਾ ਭਰਾ 7 ਦਿਨ ਤੋਂ ਗਾਇਬ ਹੈ ਅਤੇ ਆਪਾਂ ਦੁਕਾਨ ਮੈਂ ਤਾਂ ਬਾਹਰ ਕੰਮ ਕਰਦਾ ਸੀ ਅਤੇ ਮੇਰੇ ਵੱਲੋਂ ਹੀ ਵਿਚਾਰਾ ਰੋਟੀ ਪਾਣੀ ਖਾਂਦਾ ਸੀ, ਦਿਹਾੜੀ ਟੱਪਾ ਕਰਦਾ ਸੀ ਅਤੇ ਅਗਰ ਕਿਤੇ ਉਹ ਸਬਜ਼ੀ ਸੁਬਜ਼ੀ ਲੈ ਕੇ ਆਉਂਦਾ ਸੀ ਤਾਂ ਉੱਧਰ ਦੇ ਆਉਂਦਾ ਸੀ, ਉਹ ਕੰਮ ਕੁੰਮ ਕਰਵਾਉਂਦੀ ਸੀ ਜਨਾਨੀ। ਹਾਂ ਉਹਨਾਂ ਸਾਂ ਤਾਂ ਸੰਪਰਕ ਵੀ ਉਹਦੇ ਹੈਗੇ ਸੀ ਅਤੇ ਆਪਾਂ ਨੂੰ ਤਾਂ ਇੰਨੀ ਗੱਲ ਦਾ ਪਤਾ ਨਹੀਂ ਅਤੇ ਉਹ ਬੁਲਾਉਂਦੀ ਬੁਲਾਉਂਦੀ ਵੀ ਕਿਤੇ ਦਾ ਅਤੇ ਸਾਨੂੰ ਅਸੀਂ ਪੁੱਛਿਆ ਗਿੱਛਿਆ ਪੁੱਛ ਗਿੱਛ ਕੀਤੀ, ਸਾਨੂੰ ਉਹਨਾਂ ਕੁਛ ਦੱਸਿਆ ਨਹੀਂ ਅਤੇ ਬਾਅਦ 'ਚ ਇੱਥੋਂ 6-7 ਵਜੇ ਨਾਲ ਚੱਲ ਗਿਆ ਵਾ, ਉਹ 6-7 ਵਜੇ ਨਾਲ ਚੱਲ ਗਿਆ ਵਾ, ਬਾਅਦ 'ਚ ਸਾਨੂੰ ਮਿਲਿਆ ਨਹੀਂ। ਬਾਅਦ 'ਚ 3-4 ਦਿਨਾਂ ਬਾਅਦ ਆਪਾਂ ਕੇਅਰ ਕੀਤੀ ਹੈ ਅਤੇ ਬਾਅਦ 'ਚ 5-7 ਦਿਨਾਂ ਬਾਅਦ ਸਾਨੂੰ ਵੀਡੀਓ ਲੋਡ ਹੋਈ ਅਤੇ ਨਹਿਰ ਦੇ ਵਿੱਚ ਪਤਾ ਲੱਗਾ ਅਤੇ ਨਹਿਰ ਦੇ ਵਿੱਚ ਕਿਸੇ ਨੇ ਛੁੱਟ ਛੱਡਿਆ ਅਤੇ ਬਾਅਦ 'ਚ ਪੁਲਿਸ ਨੇ ਪੁੱਛਤਾਛ ਕੀਤੀ ਹੈ ਅਤੇ ਬਾਅਦ 'ਚ ਉਹ ਜਨਾਨੀ ਨੂੰ ਫੜ ਕੇ ਖੜਿਆ ਅਤੇ ਉਹ ਜਨਾਨੀ ਬਾਅਦ 'ਚ ਬਾਕੀ ਹੈ ਤਾਂ ਆਪਾਂ ਮਾਰਿਆ ਰਾਤ 11 ਵਜੇ ਮਾਰ ਕੇ ਅਤੇ ਆਪਾਂ ਨਹਿਰ 'ਚ ਛੁੱਟ ਦਿੱਤਾ। ਇਕੱਲੀ ਸੀ ਜਾਂ ਹੋਰ ਵੀ ਜਾਣੇ ਹੈਗੇ? ਬਸ ਉਹ ਕਹਿੰਦੀ ਮੈਂ ਤਾਂ ਮੇਰਾ ਬੇਟਾ ਸੀ। ਕੀ ਮੰਗ ਕਰਦੇ ਤੁਸੀਂ? ਆਪਾਂ ਨੂੰ ਇਹ ਸਜ਼ਾ ਦਿੱਤੀ ਜਾਵੇ, ਉਹਨੂੰ ਜਿੰਨੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਮ੍ਰਿਤਕ ਸਰਵਣ ਸਿੰਘ ਦੇ ਭਰਾ ਹਰਜੀਤ ਸਿੰਘ ਨੇ ਸਾਨੂੰ ਇਤਲਾਹ ਦਿੱਤੀ ਕਿ ਉਹਦਾ ਭਰਾ ਜਿਹੜਾ 11 ਤਰੀਕ ਤੋਂ ਲਾਪਤਾ ਵਾ, ਇਹਦਾ ਜਾਣ ਆਉਣਾ ਹਰਜਿੰਦਰ ਕੌਰ ਦੇ ਘਰ ਸੀ, ਗੁਰੂ ਨਾਨਕਪੁਰੇ ਪਤੀ ਨਾਥਪੁਰ ਦੀ ਆ, ਉੱਥੇ ਜਾਣ ਆਉਣਾ ਸੀ। ਉਹਦੇ 22ਵੇਂ ਨੇ ਉਹਦੇ ਲੜਕੇ ਦੇ ਅਤੇ ਉਹਦੀ ਮਾਂ ਦੇ ਖਿਲਾਫ ਪਰਚਾ ਦਰਜ ਕਰਾਇਆ। ਪਰਚਾ ਦਰਜ ਕਰਨ ਤੋਂ ਬਾਅਦ ਜੰਡਿਆਲੇ ਗੁਰੂ ਦੇ ਲਾਗੋਂ ਇਹ ਡੈੱਡਪੁਰ ਦੀ ਨਹਿਰ ਦੇ ਵਿੱਚੋਂ ਆਪਾਂ ਬਰਾਮਦ ਕੀਤੀ ਆ। ਬਾਕੀ ਲਾਸ਼ ਜਿਹੜੀ ਪੋਸਟਮਾਰਟਮ ਵਾਸਤੇ ਜਿਹੜੀ ਪਟਾਲੇ ਭੇਜੀ। ਧਾਰਾ ਕਿਹੜੀ ਲੱਗੀ? ਧਾਰਾ 302-201 ਅਤੇ 34 IPC ਲਾਈ। ਕਿੰਨੇ ਜਾਣਿਆਂ 'ਤੇ ਪਰਚਾ ਸਰ? ਦੋਵਾਂ ਜਾਣਿਆਂ 'ਤੇ। ਦੋਸ਼ੀ ਇੱਕ ਹਰਜਿੰਦਰ ਕੌਰ ਦੇ ਅਤੇ ਉਹਦੇ ਲੜਕੇ ਮਨਪ੍ਰੀਤ ਸਿੰਘ ਦੇ। ਦੋਸ਼ੀਆਂ ਨੂੰ ਕਾਬੂ ਕਰ ਲਿਆ? ਹਾਂ, ਦੋਸ਼ੀਆਂ ਨੂੰ ਕਾਬੂ ਕਰ ਲਿਆ। ਠੀਕ ਹੈ।